ਸੋਲਰ ਪਾਵਰ ਨੇਸ਼ਨ ਕੰਪਨੀ ਜੋ ਕਿ ਆਸਟ੍ਰੇਲੀਆ ਵਿੱਚ ਸੋਲਰ ਸਿਸਟਮ ਨੂੰ ਲੈ ਕੇ ਆਪਣਾ ਨਾਮ ਬੁਲੰਦੀਆਂ ਤੱਕ ਛੂ ਰਹੀ ਹੈ ਅਤੇ ਲੋਕਾਂ ਨੂੰ ਇਸ ਸੋਲਰ ਸਿਸਟਮ ਦਾ ਪੂਰੀ ਤਰ੍ਹਾਂ ਨਾਲ ਫਾਇਦਾ ਦੇਣ ਲਈ ਇੰਡੀਆ ਵਿੱਚ ਆਪਣੀ ਦੂਸਰੀ ਬ੍ਰਾਂਚ ਬੀ ਬਲੋਕ ਰਣਜੀਤ ਐਵਨਿਊ ਵਿਖੇ ਖੋਲ੍ਹ ਚੁੱਕੀ ਹੈ, ਜਿਸ ਦੀ ਜਾਣਕਾਰੀ MD ਭੁਪਿੰਦਰ ਸਿੰਘ ਬਾਠ ਵੱਲੋਂ ਦਿੰਦਿਆਂ ਦੱਸਿਆ ਗਿਆ ਕਿ ਬਹੁਤ ਹੀ ਵਧੀਆ ਤਕਨੀਕ ਨਾਲ ਤਿਆਰ ਸੋਲਰ ਸਿਸਟਮ ਇੰਡੀਆ ਵਿੱਚ ਲਿਆਂਦਾ ਗਿਆ ਹੈ, ਪਰ ਕੋਵਿਡ-19 ਕਾਰਨ ਉਸਨੂੰ ਰੋਕਿਆ ਗਿਆ ਹੈ, ਜਿਸ ਨੂੰ ਕਿ ਬਹੁਤ ਜਲਦ ਲੋਕਾਂ ਦੇ ਹਵਾਲੇ ਕੀਤਾ ਜਾਏਗਾ। ਅਤੇ ਉਹਨਾਂ ਆਖਿਆ ਕਿ ਪੰਜਾਬ ਵਿੱਚ ਬਿਜਲੀ ਰੇਟ ਬਹੁਤ ਵੱਧ ਹਨ ਅਤੇ ਸੋਲਰ ਸਿਸਟਮ ਲਗਵਾਉਣ ਨਾਲ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਪਾਇਆ ਜਾ ਸਕੇਗਾ ਅਤੇ ਲੋਕ ਇਸ ਸਿਸਟਮ ਨੂੰ ਜਾਣਨ ਲਈ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਆਫਿਸ ਆ ਕੇ ਮਿਲ ਸਕਦੇ ਹਨ। ਇਸ ਮੌਕੇ ਡਾਇਰੈਕਟਰ ਸਚਨਦੀਪ ਸਿੰਘ ਬਾਠ, ਮਿਸਿਸ ਰਾਜਵੰਤ ਕੌਰ ਬਾਠ, ਸੀਨੀਅਰ ਮੈਨੇਜਰ ਗਗਨਦੀਪ ਸਿੰਘ ਬਾਠ, ਮੈਨੇਜਰ ਗੁਰਲਵਲੀਨ ਸਿੰਘ ਰੰਧਾਵਾ ਵੀ ਮੌਜੂਦ ਸਨ। ਇਹ ਕੰਪਨੀ ਦੇ CEO ਵਿਸ਼ਵਦੀਪ ਸਿੰਘ ਬਾਠ ਨੇ 2015 ਵਿੱਚ ਸਿਡਨੀ ਆਸਟ੍ਰੇਲੀਆ ਤੋਂ ਕੰਪਨੀ ਦੀ ਸ਼ੁਰੂਆਤ ਕੀਤੀ ਸੀ, ਜੋ ਹੁਣ ਅੱਜ ਸਾਰੇ ਆਸਟ੍ਰੇਲੀਆ ਵਿੱਚ ਬੜੀ ਸਫਲਤਾ ਨਾਲ ਕੰਮ ਕਰ ਰਹੀ ਹੈ ਅਤੇ ਸਫਲ ਕੰਪਨੀ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਚੁੱਕੀ ਹੈ। ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਸੋਲਰ ਸਿਸਟਮ ਲਵਾਉਣ, ਕਿਉਂਕਿ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ ਅਤੇ ਸੋਲਰ ਸਿਸਟਮ ਲਵਾ ਕੇ ਆਪਣੀ ਬਿਜਲੀ ਦੀ ਬੱਚਤ ਕਰਨ। ਹੁਣ ਸਾਡੀ ਕੰਪਨੀ ਪੂਰੇ ਆਸਟ੍ਰੇਲੀਆ ਦੇ ਵਿੱਚ ਫੈਲ ਚੁੱਕੀ ਹੈ। ਅਸੀਂ ਬਹੁਤ ਜਲਦ ਜਿਹੜਾ ਉਹ ਇੰਡੀਆ ਦੇ ਵਿੱਚ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਮੈਨੂੰ ਇਹੀ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਕਿ ਸੋਲਰ ਸਿਸਟਮ ਲਵਾਓ ਅਤੇ ਬੱਤੀ ਤੋਂ ਜਿਹੜਾ ਆਪਣਾ ਬਿੱਲ ਦਾ ਉਹ ਬਚਾਓ।